ਹਾਲੀਵੁੱਡ ਫਿਲਮਾਂ ਵਾਂਗ ਪੰਜਾਬ ਦੀਆਂ ਸੜਕਾਂ ਤੇ ਰੇਸਾਂ ਤਾਂ ਪੁਲਿਸ ਨੇ ਰੇਸ ਲਗਾਉਣ ਵਾਲੀ ਇੱਕ ਗੱਡੀ ਦਾ ਕੱਟਿਆ ਚਲਾਨ ਤਾਂ ਤੁਸੀਂ ਹਾਲੀਵੁੱਡ ਫਿਲਮ ਫਾਸਟ ਐਂਡ ਫਿਊਰੀਅਸ ਤਾਂ ਜ਼ਰੂਰ ਵੇਖੀ ਹੋਵੇਗੀ ਕਿਸ ਤਰੀਕੇ ਦੇ ਨਾਲ ਉਸਦੇ ਵਿੱਚ ਸੜਕਾਂ ਤੇ ਗੱਡੀਆਂ ਦੀਆਂ ਰੇਸਾਂ ਲੱਗਦੀਆਂ ਨੇ ਤਾਂ ਕੁਝ ਅਜਿਹਾ ਹੀ ਕਾਰਨਾਮਾ ਪੰਜਾਬ ਦੀਆਂ ਸੜਕਾਂ ਤੇ ਕੁਝ ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਜਿਸ ਸੰਬੰਧੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਕਾਰ ਦੀ ਪਛਾਣ ਕਰ ਲਈ ਗਈ ਤੇ ਫਿਰ ਉਸਦਾ ਚਲਾਨ ਵੀ ਕੱਟਿਆ ਗਿਆ ਤਾਂ ਦੱਸ ਦਈਏ ਕਿ ਲੁਧਿਆਣਾ ਦੀ ਸੜਕਾਂ ਤੇ ਸ਼ਨੀਵਾਰ ਦੀ ਦੇਰ ਰਾਤ ਕਾਰ ਰੇਸਿੰਗ ਦੀ ਵੀਡੀਓ ਸਾਹਮਣੇ ਆਈ ਸੀ ਤਾਂ ਇਹ ਵੀਡੀਓ ਸਾਊਥ ਸਿਟੀ ਰੋਡ ਤੇ ਲਾਡੋਵਾਲ ਨੇੜੇ ਦੀ ਹੈ ਤਾਂ ਇਹ ਵੀਡੀਓ ਦੇ ਆਧਾਰ ਤੇ ਪੁਲਿਸ ਨੇ ਇੱਕ ਕਾਰ ਦਾ ਚਲਾਨ ਕਰਕੇ ਉਸ ਨੂੰ ਜ਼ਬਤ ਕਰ ਲਿਆ ਹੈ ਤਾਂ ਵੀਡੀਓ ਦੇ ਵਿੱਚ ਨੌਜਵਾਨ ਰੇਸ ਦੀ ਤਿਆਰੀ ਕਰ ਰਹੇ ਨੇ ਤਾਂ ਕਾਰਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਨੇ ਜਦਕਿ ਦੂਸਰੀ ਵੀਡੀਓ ਦੇ ਵਿੱਚ ਦੋ ਕਾਰਾਂ ਰੇਸ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਕਈ ਲੋਕ ਇਸ ਦੌੜ ਦੀ ਵੀਡੀਓ ਵੀ ਬਣਾ ਰਹੇ ਹੁੰਦੇ ਨੇ ਤੇ ਇੱਕ ਵਿਅਕਤੀ ਸੜਕ ਦੇ ਵਿਚਕਾਰ ਖੜ੍ਹਾ ਹੈ ਤੇ ਟਾਈਮਰ ਤੇ ਨਜ਼ਰ ਰੱਖਦਾ ਹੈ ਤੇ ਵੀਡੀਓ ਦੋ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਟ੍ਰੈਫਿਕ ਪੁਲਿਸ ਨੇ ਇੱਕ ਕਾਰ ਦੀ ਪਛਾਣ ਕਰ ਲਈ ਤੇ ਉਸਦਾ ਚਲਾਨ ਵੀ ਕਰ ਦਿੱਤਾ ਗਿਆ ਤਾਂ ਸੜਕਾਂ ਤੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕਾਰਾਂ ਦੇ ਨਾਲ ਰੇਸਾਂ ਲਗਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਪੁਲਿਸ ਦੇ ਵੱਲੋਂ ਵੀ ਇੱਕ ਕਾਰ ਦੀ ਪਛਾਣ ਕਰਕੇ ਉਸਦਾ ਚਲਾਨ ਕੱਟਿਆ ਗਿਆ।